ਵੱਡਾ ਭਿਆਨਕ ਹਾਦਸਾ ਵਾਪਰਿਆ ਹੈ। ਨਹਿਰ ਦੇ ਵਿੱਚ ਸਿਲੰਡਰ ਜਿਹੜੇ ਦਿਖ ਰਹੇ ਨੇ, ਇੱਕ ਟਰੱਕ ਦੇ ਵਿੱਚ ਲੋਡ ਹੋ ਕੇ ਜਾ ਰਹੇ ਸੀ। ਅਚਾਨਕ ਟਰੱਕ ਦਾ ਜਿਹੜਾ ਬੈਲੈਂਸ ਹੈ ਉਹ ਵਿਗੜ ਜਾਂਦਾ ਹੈ, ਡਿਸਬੈਲੈਂਸ ਹੋ ਜਾਂਦਾ ਹੈ। ਟਰੱਕ 'ਤੇ ਸਿੱਧਾ ਜਾ ਕੇ ਨਹਿਰ ਦੇ ਵਿੱਚ ਡਿੱਗਦਾ ਹੈ। ਟਰੱਕ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਤੁਹਾਨੂੰ। NDRF ਦੀ ਟੀਮ ਅਤੇ ਹੋਰ ਜਿਹੜੇ ਲੋਕ ਨੇ ਮੌਕੇ 'ਤੇ ਗੋਤਾਖੋਰ ਪਹੁੰਚੇ ਹੋਏ ਨੇ, ਉਹਨਾਂ ਦੇ ਵੱਲੋਂ ਟਰੱਕ ਨੂੰ ਬਾਹਰ ਕੱਢਿਆ ਗਿਆ ਹੈ ਕਰੇਨ ਦੀ ਮਦਦ ਦੇ ਨਾਲ। ਪਰ ਜਿਹੜੇ ਸਿਲੰਡਰ ਸੀ ਉਹ ਬਹਿ ਗਏ, ਰੁੜ ਗਏ, ਵੱਡਾ ਨੁਕਸਾਨ ਹੋਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਡਰਾਈਵਰ ਕਿੱਥੇ ਹੈ, ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ, ਕਿਉਂਕਿ ਹੁਣ ਤੱਕ ਨਾ ਡਰਾਈਵਰ ਦਾ ਪਤਾ ਲੱਗ ਸਕਿਆ ਹੈ ਅਤੇ ਨਾ ਹੀ ਉਸਦੀ ਮ੍ਰਿਤਕ ਦੇਹ ਲੱਭੀ ਹੈ। ਤਾਂ ਲਗਾਤਾਰ ਉਸਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਵੱਡੇ ਹਾਦਸੇ ਦੀਆਂ, ਜਿਸ ਦੇ ਅੰਦਰ ਨਹਿਰ ਦੇ ਵਿੱਚ ਸਿਲੰਡਰ ਹੀ ਸਿਲੰਡਰ ਹੋ ਗਏ। ਨਹਿਰ 'ਚ ਸਿਲੰਡਰਾਂ ਦੇ ਨਾਲ ਭਰਿਆ ਟਰੱਕ ਡਿੱਗਦਾ ਹੈ, ਜਿਸ ਤੋਂ ਬਾਅਦ ਨਹਿਰ ਦਾ ਇਹ ਹਾਲ ਹੋ ਜਾਂਦਾ ਹੈ ਅਤੇ ਇਹ ਦੇਖਣ ਨੂੰ ਮਿਲਿਆ ਹੈ, ਇਹ ਨਜ਼ਾਰਾ ਦੇਖਣ ਨੂੰ ਮਿਲਿਆ। ਲੋਕਾਂ ਨੂੰ ਦੇਖ ਹੀ ਸਕਦੇ ਹੋ ਕਿ ਕਿੱਡਾ ਵੱਡਾ ਨੁਕਸਾਨ ਹੋਇਆ ਹੈ। ਲੋਕ ਇੱਕ ਪੁਲੀ 'ਤੇ ਖੜ ਕੇ ਇਸ ਦੀ ਵੀਡੀਓ ਬਣਾ ਰਹੇ ਨੇ। ਦੇਖੋ ਕਿਵੇਂ ਤੈਰਦੇ ਹੋਏ ਦਿਖ ਰਹੇ ਨੇ ਸੈਂਕੜੇ ਸਿਲੰਡਰ। ਇਹਨਾਂ ਦੇ ਵਿੱਚੋਂ ਕਈ ਸਿਲੰਡਰ ਫਟੇ ਹੋਏ ਨੇ, ਉਹਨਾਂ ਦੇ ਅੰਦਰੋਂ ਗੈਸ ਲੀਕ ਵੀ ਹੋ ਸਕਦੀ ਹੈ, ਤਾਂ ਵੱਡਾ ਖਤਰਾ ਹੈ। ਪਾਣੀ ਦੇ ਅੰਦਰ ਵੀ ਗੈਸ ਮਿਲ ਸਕਦੀ ਹੈ, ਜਿਸ ਕਰਕੇ ਵੱਡਾ ਹਾਦਸਾ ਵਾਪਰ ਸਕਦਾ ਹੈ। ਤਾਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਸਿਲੰਡਰਾਂ ਨੂੰ ਬਾਹਰ ਕੱਢਿਆ ਜਾਵੇਗਾ। ਟਰੱਕ ਨੂੰ ਬਾਹਰ ਕੱਢ ਲਿਆ ਗਿਆ ਹੈ, ਉਸ ਤੋਂ ਪਹਿਲਾਂ ਜਿਹੜਾ ਡਰਾਈਵਰ ਹੈ ਟਰੱਕ ਦਾ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਸੰਗਰੂਰ ਦੇ ਖਨੌਰੀ ਨਜ਼ਦੀਕ ਭਾਖੜਾ ਨਹਿਰ ਦੇ ਵਿੱਚ ਗੈਸ ਸਿਲੰਡਰ ਦੇ ਨਾਲ ਭਰਿਆ ਹੋਇਆ ਟਰੱਕ ਡਿੱਗਦਾ ਹੈ, ਜਿਸ ਤੋਂ ਬਾਅਦ ਨਹਿਰ ਦੇ ਅੰਦਰ ਸੈਂਕੜੇ ਕੀਮਤੀ ਸਿਲੰਡਰ ਆ ਜਿਹੜੇ ਗੈਸ ਦੇ ਉਹ ਤੈਰਦੇ ਹੋਏ ਦਿਖਾਈ ਦਿੱਤੇ ਨੇ। ਟਰੱਕ ਹਾਦਸੇ ਤੋਂ ਬਾਅਦ ਜਿਹੜਾ ਡਰਾਈਵਰ ਹੈ ਉਹ ਪਾਣੀ ਦੇ ਅੰਦਰ ਹੀ ਗੁੰਮ ਹੈ, ਹੁਣ ਤੱਕ ਲੱਭਿਆ ਨਹੀਂ ਹੈ। ਗੋਤਾਖੋਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਲਗਾਤਾਰ ਉਸ ਨੂੰ ਲੱਭਣ ਦੇ ਵਿੱਚ। ਘਟਨਾ ਬੀਤੇ ਸ਼ਾਮ 5 ਵਜੇ ਦੀ ਦੱਸੀ ਜਾ ਰਹੀ ਹੈ, ਜਿੱਥੇ ਗੈਸ ਸਪਲਾਈ ਦੇ ਲਈ ਇਹ ਟਰੱਕ ਦੇ ਵਿੱਚ ਸੈਂਕੜੇ ਸਿਲੰਡਰ ਭਰ ਕੇ ਲੈ ਕੇ ਜਾਏ ਜਾ ਰਹੇ ਸੀ। ਤਾਂ ਰਾਹ ਦੇ ਵਿੱਚ ਜਿਹੜਾ ਟੈਂਪੋ ਡਰਾਈਵਰ ਹੈ, ਟਰੱਕ ਡਰਾਈਵਰ ਹੈ, ਉਹ ਟਰੱਕ ਦੇ ਉੱਤੋਂ ਸੰਤੁਲਨ ਗੁਆ ਬੈਂਦਾ ਹੈ, ਜਿਸ ਤੋਂ ਬਾਅਦ ਪੂਰਾ ਟਰੱਕ ਜਿਹੜਾ ਕਿ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਸੀ ਭਾਖੜਾ ਨਹਿਰ ਦੇ ਵਿੱਚ ਪਲਟ ਜਾਂਦਾ ਹੈ, ਜਿਸ ਤੋਂ ਬਾਅਦ ਲੋਕ ਇਕੱਠੇ ਹੁੰਦੇ ਨੇ। ਲੋਕਾਂ ਦੇ ਵੱਲੋਂ ਇਸ ਨਜ਼ਾਰੇ ਨੂੰ, ਇਸ ਇਹਨਾਂ ਤਸਵੀਰਾਂ ਨੂੰ ਆਪਣੇ ਫੋਨ ਦੇ ਵਿੱਚ ਕੈਦ ਕੀਤਾ ਗਿਆ ਅਤੇ ਹੁਣ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ, ਕਿਉਂਕਿ ਅੱਗੇ ਵੀ ਕਦੇ ਵੀ ਇਸ ਤਰੀਕੇ ਦਾ ਕੋਈ ਹਾਦਸਾ ਵੇਖਣ ਨੂੰ ਨਹੀਂ ਮਿਲਿਆ ਹੈ। ਦੇਖ ਹੀ ਸਕਦੇ ਹੋ ਕਿ ਕਿਵੇਂ ਸਿਲੰਡਰ ਤੈਰਦੇ ਹੋਏ ਜਾ ਰਹੇ ਨੇ। ਲਗਾਤਾਰ ਟਰੱਕ ਡਰਾਈਵਰ ਦੀ ਭਾਲ ਵੀ ਕੀਤੀ ਜਾ ਰਹੀ ਹੈ, ਦੋਵੇਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇੱਕ ਪਾਸੇ ਡਰਾਈਵਰ ਦੀ ਭਾਲ ਚੱਲ ਰਹੀ ਹੈ ਅਤੇ ਇੱਕ ਪਾਸੇ ਆ ਵਾਇਰਲ ਤਸਵੀਰਾਂ, ਦੇਖੋ ਕਿਵੇਂ ਲੋਕ ਦੇਖ ਰਹੇ ਨੇ, ਕਿਵੇਂ ਇਹ ਸਿਲੰਡਰ ਜਿਹੜੇ ਨੇ ਉਹ ਤੈਰਦੇ ਹੋਏ ਦਿਖ ਰਹੇ ਨੇ, ਪੂਰੇ ਪਾਣੀ ਦੇ ਅੰਦਰ ਸਿਲੰਡਰ ਹੀ ਸਿਲੰਡਰ ਹੋ ਗਏ ਨੇ। ਵੱਡਾ ਭਿਆਨਕ ਹਾਦਸਾ ਵਾਪਰਿਆ ਹੈ। ਨਹਿਰ ਦੇ ਵਿੱਚ ਸਿਲੰਡਰ ਜਿਹੜੇ ਦਿਖ ਰਹੇ ਨੇ, ਇੱਕ ਟਰੱਕ ਦੇ ਵਿੱਚ ਲੋਡ ਹੋ ਕੇ ਜਾ ਰਹੇ ਸੀ। ਅਚਾਨਕ ਟਰੱਕ ਦਾ ਜਿਹੜਾ ਬੈਲੈਂਸ ਹੈ ਉਹ ਵਿਗੜ ਜਾਂਦਾ ਹੈ, ਡਿਸਬੈਲੈਂਸ ਹੋ ਜਾਂਦਾ ਹੈ। ਟਰੱਕ 'ਤੇ ਸਿੱਧਾ ਜਾ ਕੇ ਨਹਿਰ ਦੇ ਵਿੱਚ ਡਿੱਗਦਾ ਹੈ। ਟਰੱਕ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਤੁਹਾਨੂੰ। NDRF ਦੀ ਟੀਮ ਅਤੇ ਹੋਰ ਜਿਹੜੇ ਲੋਕ ਨੇ ਮੌਕੇ 'ਤੇ ਗੋਤਾਖੋਰ ਪਹੁੰਚੇ ਹੋਏ ਨੇ, ਉਹਨਾਂ ਦੇ ਵੱਲੋਂ ਟਰੱਕ ਨੂੰ ਬਾਹਰ ਕੱਢਿਆ ਗਿਆ ਹੈ ਕਰੇਨ ਦੀ ਮਦਦ ਦੇ ਨਾਲ। ਪਰ ਜਿਹੜੇ ਸਿਲੰਡਰ ਸੀ ਉਹ ਬਹਿ ਗਏ, ਰੁੜ ਗਏ, ਵੱਡਾ ਨੁਕਸਾਨ ਹੋਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਡਰਾਈਵਰ ਕਿੱਥੇ ਹੈ, ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ, ਕਿਉਂਕਿ ਹੁਣ ਤੱਕ ਨਾ ਡਰਾਈਵਰ ਦਾ ਪਤਾ ਲੱਗ ਸਕਿਆ ਹੈ ਅਤੇ ਨਾ ਹੀ ਉਸਦੀ ਮ੍ਰਿਤਕ ਦੇਹ ਲੱਭੀ ਹੈ। ਤਾਂ ਲਗਾਤਾਰ ਉਸਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਵੱਡੇ ਹਾਦਸੇ ਦੀਆਂ, ਜਿਸ ਦੇ ਅੰਦਰ ਨਹਿਰ ਦੇ ਵਿੱਚ ਸਿਲੰਡਰ ਹੀ ਸਿਲੰਡਰ ਹੋ ਗਏ। ਨਹਿਰ 'ਚ ਸਿਲੰਡਰਾਂ ਦੇ ਨਾਲ ਭਰਿਆ ਟਰੱਕ ਡਿੱਗਦਾ ਹੈ, ਜਿਸ ਤੋਂ ਬਾਅਦ ਨਹਿਰ ਦਾ ਇਹ ਹਾਲ ਹੋ ਜਾਂਦਾ ਹੈ ਅਤੇ ਇਹ
ਦੇਖਣ ਨੂੰ ਮਿਲਿਆ ਹੈ। ਇਹ ਨਜ਼ਾਰਾ ਦੇਖਣ ਨੂੰ ਮਿਲਿਆ, ਲੋਕਾਂ ਨੂੰ ਦੇਖ ਹੀ ਸਕਦੇ ਹੋ ਕਿ ਕਿੱਡਾ ਵੱਡਾ ਨੁਕਸਾਨ ਹੋਇਆ ਹੈ। ਲੋਕ ਇੱਕ ਪੁਲੀ 'ਤੇ ਖੜ ਕੇ ਇਸ ਦੀ ਵੀਡੀਓ ਬਣਾ ਰਹੇ ਨੇ, ਦੇਖੋ ਕਿਵੇਂ ਤੈਰਦੇ ਹੋਏ ਦਿਖ ਰਹੇ ਨੇ ਸੈਂਕੜੇ ਸਿਲੰਡਰ। ਇਹਨਾਂ ਦੇ ਵਿੱਚੋਂ ਕਈ ਸਿਲੰਡਰ ਫਟੇ ਹੋਏ ਨੇ, ਉਹਨਾਂ ਦੇ ਅੰਦਰੋਂ ਗੈਸ ਲੀਕ ਵੀ ਹੋ ਸਕਦੀ ਹੈ, ਤਾਂ ਵੱਡਾ ਖਤਰਾ ਹੈ। ਪਾਣੀ ਦੇ ਅੰਦਰ ਵੀ ਗੈਸ ਮਿਲ ਸਕਦੀ ਹੈ, ਜਿਸ ਕਰਕੇ ਵੱਡਾ ਹਾਦਸਾ ਵਾਪਰ ਸਕਦਾ ਹੈ। ਤਾਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਸਿਲੰਡਰਾਂ ਨੂੰ ਬਾਹਰ ਕੱਢਿਆ ਜਾਵੇਗਾ। ਟਰੱਕ ਨੂੰ ਬਾਹਰ ਕੱਢ ਲਿਆ ਗਿਆ ਹੈ, ਉਸ ਤੋਂ ਪਹਿਲਾਂ ਜਿਹੜਾ ਡਰਾਈਵਰ ਹੈ ਟਰੱਕ ਦਾ, ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਸੰਗਰੂਰ ਦੇ ਖਨੌਰੀ ਨਜ਼ਦੀਕ ਭਾਖੜਾ ਨਹਿਰ ਦੇ ਵਿੱਚ ਗੈਸ ਸਿਲੰਡਰ ਦੇ ਨਾਲ ਭਰਿਆ ਹੋਇਆ ਟਰੱਕ ਡਿੱਗਦਾ ਹੈ, ਜਿਸ ਤੋਂ ਬਾਅਦ ਨਹਿਰ ਦੇ ਅੰਦਰ ਸੈਂਕੜੇ ਕੀਮਤੀ ਸਿਲੰਡਰ ਆ ਜਿਹੜੇ ਗੈਸ ਦੇ, ਉਹ ਤੈਰਦੇ ਹੋਏ ਦਿਖਾਈ ਦਿੱਤੇ ਨੇ। ਟਰੱਕ ਹਾਦਸੇ ਤੋਂ ਬਾਅਦ ਜਿਹੜਾ ਡਰਾਈਵਰ ਹੈ ਉਹ ਪਾਣੀ ਦੇ ਅੰਦਰ ਹੀ ਗੁੰਮ ਹੈ, ਹੁਣ ਤੱਕ ਲੱਭਿਆ ਨਹੀਂ ਹੈ। ਗੋਤਾਖੋਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਲਗਾਤਾਰ ਉਸ ਨੂੰ ਲੱਭਣ ਦੇ ਵਿੱਚ। ਘਟਨਾ ਬੀਤੇ ਸ਼ਾਮ 5 ਵਜੇ ਦੀ ਦੱਸੀ ਜਾ ਰਹੀ ਹੈ, ਜਿੱਥੇ ਗੈਸ ਸਪਲਾਈ ਦੇ ਲਈ ਇਹ ਟਰੱਕ ਦੇ ਵਿੱਚ ਸੈਂਕੜੇ ਸਿਲੰਡਰ ਭਰ ਕੇ ਲੈ ਕੇ ਜਾਏ ਜਾ ਰਹੇ ਸੀ। ਤਾਂ ਰਾਹ ਦੇ ਵਿੱਚ ਜਿਹੜਾ ਟੈਂਪੋ ਡਰਾਈਵਰ ਹੈ, ਟਰੱਕ ਡਰਾਈਵਰ ਹੈ, ਉਹ ਟਰੱਕ ਦੇ ਉੱਤੋਂ ਸੰਤੁਲਨ ਗੁਆ ਬੈਂਦਾ ਹੈ, ਜਿਸ ਤੋਂ ਬਾਅਦ ਪੂਰਾ ਟਰੱਕ ਜਿਹੜਾ ਕਿ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਸੀ ਭਾਖੜਾ ਨਹਿਰ ਦੇ ਵਿੱਚ ਪਲਟ ਜਾਂਦਾ ਹੈ, ਜਿਸ ਤੋਂ ਬਾਅਦ ਲੋਕ ਇਕੱਠੇ ਹੁੰਦੇ ਨੇ। ਲੋਕਾਂ ਦੇ ਵੱਲੋਂ ਇਸ ਨਜ਼ਾਰੇ ਨੂੰ, ਇਸ ਇਹਨਾਂ ਤਸਵੀਰਾਂ ਨੂੰ ਆਪਣੇ ਫੋਨ ਦੇ ਵਿੱਚ ਕੈਦ ਕੀਤਾ ਗਿਆ, ਅਤੇ ਹੁਣ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ, ਕਿਉਂਕਿ ਅੱਗੇ ਵੀ ਕਦੇ ਵੀ ਇਸ ਤਰੀਕੇ ਦਾ ਕੋਈ ਹਾਦਸਾ ਵੇਖਣ ਨੂੰ ਨਹੀਂ ਮਿਲਿਆ ਹੈ। ਦੇਖ ਹੀ ਸਕਦੇ ਹੋ ਕਿ ਕਿਵੇਂ ਸਿਲੰਡਰ ਤੈਰਦੇ ਹੋਏ ਜਾ ਰਹੇ ਨੇ। ਲਗਾਤਾਰ ਟਰੱਕ ਡਰਾਈਵਰ ਦੀ ਭਾਲ ਵੀ ਕੀਤੀ ਜਾ ਰਹੀ ਹੈ, ਦੋਵੇਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇੱਕ ਪਾਸੇ ਡਰਾਈਵਰ ਦੀ ਭਾਲ ਚੱਲ ਰਹੀ ਹੈ, ਅਤੇ ਇੱਕ ਪਾਸੇ ਆ ਵਾਇਰਲ ਤਸਵੀਰਾਂ, ਦੇਖੋ ਕਿਵੇਂ ਲੋਕ ਦੇਖ ਰਹੇ ਨੇ, ਕਿਵੇਂ ਇਹ ਸਿਲੰਡਰ ਜਿਹੜੇ ਨੇ ਉਹ ਤੈਰਦੇ ਹੋਏ ਦਿਖ ਰਹੇ ਨੇ। ਪੂਰੇ ਪਾਣੀ ਦੇ ਅੰਦਰ ਸਿਲੰਡਰ ਹੀ ਸਿਲੰਡਰ ਹੋ ਗਏ ਨੇ।